thank you असलम सत साढे सामने मौजूद ने एक एक्स ऐसी शख्सियत जी किसी तारफ की मुहताज नहीं है साढ़े सामने मौजूद ने फकीर सैयद अजीज़ुद्दीन फकीर सैयद नूरुद्दीन साहब दे नसल चो जो चश्मोचिराग ने सैयद सैफुद्दीन साहब तो पिछली जी एपीसोड सन वह खालसा तारीख के बारे सन महाराजा रणजीत सिंह जिंदगी के बारे सन ਉਹਨਾਂ ਦੀ ਫਤੂਹਾਤ ਉਹਨਾਂ ਦੀ تعلیم এডਿਕੇਸ਼ਨ ਦੇ ਉੱਤੇ ਤਵੱਜੂ ਦੇ ਬਾਰੇ 'ਚ ਸਨ ਅੱਜ ਅਸੀਂ ਫਕੀਰ ਸੈਦ ਸੈਫਉਦੀਨ ਸਾਹਿਬ ਦੇ ਕੋਲ ਹਾਜ਼ਰ ਆਏ ਆਂ ਤੇ ਅਸੀਂ ਕੰਟੀਨਿਊ ਕਰਨੇ ਆ ਆਪਣੇ ਪੁਰਾਣੇ ਸਿਲਸਿਲੇ ਨੂੰ ਤੇ ਮੇਰਾ ਨਹੀਂ ਖਿਆਲ ਕਿ ਕੋਈ ਕੁਐਸਚਨ ਕਰਨ ਦੀ ਮੈਨੂੰ ਲੋੜ ਹੋਏਗੀ ਉਹ ilm ਦਾ ਐਡਾ ਵੱਡਾ ਖਜ਼ਾਨਾ ਨੇ ਬਸ ਗੁਫ਼ਤਗੂ ਦੀ ਸਟਾਰਟ ਹੁੰਦਾ ਤੇ ਫਿਰ ਐਂਡ ਜਿਹੜਾ ਉਹ ਨਹੀਂ ਹੁੰਦਾ ਅਸਲਾਮ ਵਾਲੇਕੁਮ ਜੀ ਵਾਅਸਤਮ ਸਭ ਕੀ ਹਾਲ ਹੈ ਤੁਹਾਡਾ ਖੈਰiyat ਜੀ ਜੀ ਠੀਕ ਠਾਕ ਅਸੀਂ ਮੈਨੂੰ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਲਾਈਫ ਦੇ ਉਹ ਪਹਿਲੂ ਜਿਹੜੇ ਸਾਡੇ ਸਾਹਮਣੇ ਨਹੀਂ ਨੇ ਅਸੀਂ ਡਿਸਕਸ ਕੀਤਾ ਸੀ ਪਿਛਲੀ ਦਫਾ এডੂਕੇਸ਼ਨ ਦੇ ਉੱਤੇ ਮਸਜਿਦਾਂ ਦੇ ਉੱਤੇ ਕਿ ਮਤਲਬ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮਾਤ ਲੱਗਦੇ ਨੇ ਕਿ ਮਸਾਜਿਦ ਨੂੰ ਉਹਨਾਂ ਨੇ ਕੀਤਾ ਅਸੀਂ ਆਪਾਂ ਡਿਟੇਲ ਆਪਣੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਦਿਖਾਇਆ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਹੱਥ ਲਿਖਤ ਚੀਜ਼ਾਂ ਮੌਜੂਦ ਨੇ ਕਿ ਕਿਸ ਤਰ੍ਹਾਂ ਮਸਜਿਦ ਦਰਬਾਰਾਂ ਦਰਗਾਵਾਂ ਦੇ ਜਿਹੜਾ ਵਜ਼ੀਫੇ ਲਾਏ ਦੇ ਸੰ ਅੱਜ ਅਸੀਂ ਕਹਿੰਨੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਲਾਈਫ ਦੀਆਂ ਕੁਝ ਉਹ ਚੀਜ਼ਾਂ ਜਿਹੜੀਆਂ ਬੜੀਆਂ ਦਿਲਚਸਪ ਵੀ ਨੇ ਤੇ ਆਮ ਆਵਾਮ ਦੇ ਵਿੱਚ ਇੰਨੀਆਂ ਮਸ਼ਹੂਰ ਵੀ ਨਹੀਂ ਨੇ ਉਹ ਤੁਹਾਡੇ ਕੋ ਚਾਵਾਂਗੇ ਸੁੰਨਾ ਅੱਛਾ ਜੀ ਰਣਨ ਸਾਹਿਬ ਮਹਾਰਾਜੇ ਦੀ ਪੰਜਾਬ ਦੇ 40 سال حکمرانی اے کوئی آسان گل نہیں سی اے گل ذرا خیال رکھنا کہ مراجہ واز ناٹ ا گرو ہی واز ا اورڈینری سمپل پرسن مگر او دا سٹیٹس کسے او ہمیشہ مراجہ اپنے اپ کو گੁਰواں دے پیراں دی مٹی کہندے سی واو انہاں دے پیراں دی مٹی وی معنی ا ਮਹਾਰਾਜ ਤੇ ਇਹ ਲਫ਼ਜ਼ بار بار ਨਿਕਲਦੇ ਸਨ ਮਗਰ ਮਹਾਰਾਜਾ ਰਜੀਤ ਸਿੰਘ ਦੇ 40 ਸਾਲਾ ਦੌਰ ਦੇ ਵਿੱਚ ਇੰਨੇ ਕਮਾਲ ਇੰਨੇ ਹਸੀਨ ਇੰਨੇ ਜ਼ਬਰਦਸਤ ਵਾਕਿਆਤ ਹੋਏ ਨੇ ਹਜ਼ਾਰਾਂ ਸਟੋਰੀਜ਼ ਨੇ ਜੀ ਐਸ ਐਲ ਐ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਨੀਆਂ ਫੋਕ ਕਹਾਣੀਆਂ ਚੱਲ ਰਹੀਆਂ ਨੇ ਉਹ ਸਾਰੀ ਕੀ ਸਾਰੀ ਫਕੀਰ ਖਾਨੇ ਦੇ ਡੈਸਟੂਇਨ ਨਿਕਲੀਆਂ ਨੇ ਵਾਓ वो साढ़े बुजुर्गों की कृपा हुई है कि उन्होंने वो स्टोरीज लिख लीतियाँ सन छोटे छोटे वाक्यात लिख लिते सन कि महाराजा रणजीत सिंह का उस दौर नू जानना है तो पैटी चीज़ तो भी जानो मामूली जी गलू जानो और हमारे यहाँ कहते हैं कि कभी मामूली बात को मामूली मत समझे मामूली बात के गैर मामूली नतज निकला तो अलहमदुल्ला महाराजा रणजीत सिंह के दौर में कोई मामूली सी भी बात हो उसके गैर मामूली नतज निकलते थे वो भी ऐसे सरकमसटांस बन जाते सन ऐसा ऐसी गल निकल जाते सूखाद आंदा एक बारी एक मुसलमान ही सी तो महाराज के दरबार आ गया तो बड़ा परेशान हाल सी ਉਦੀ ਸ਼ਕਲ ਤੋਂ ਉਹਦੇ ਚਿਹਰੇ ਤੋਂ ਜਿਸ ਤਰ੍ਹਾਂ ਜਨਾਬ ਦੇ ਚਿਹਰੇ ਤੋਂ ਸ਼ਰਾਫਤ ਤੇ ਮੁਹੱਬਤ ਤੇ ਪਿਆਰ ਟਪਕਦਾ ਹੈ ਉਹਦੇ ਚਿਹਰੇ ਤੋਂ ਵੀ اسی ਤਰ੍ਹਾਂ ਸ਼ਰਾਫਤ ਮੁਹੱਬਤ ਤੇ ਪਿਆਰ ਟਪਕਦੀ ਸੀ ਤੇ ਮਹਾਰਾਜਾਂ ਨੂੰ ਉਹਦਾ ਚਿਹਰਾ ਦੇਖ ਕੇ ਬੜਾ ਪਸੰਦ ਆਇਆ ਉਹਨੇ ਕਿ ਹਾਂ ਦਸਤਰੂ ਕੀ ਮਸਲਾ ਹੈ ਉਹਨੇ ਹੱਥ ਜੋੜਿਆ ਕਿ ਮਹਾਰਾਜ ਮੈਂ 2 ਸਾਲ ਪਹਿਲੇ ਹਜਤੇ ਗਿਆ ਉਹਨੇ ਵਾਪਸ ਪਹੁੰਚਿਆ ਉਸ ਜ਼ਮਾਨੇ ਹਜਤ ਤੇ ਜਾਣਾ ਐਸਾ ਸੀ ਕਿ ਇਨਸਾਨ ਆਪਣਾ ਸਭ ਕੁਝ ਵੰਡ ਕੇ ਜਾਂਦਾ ਸੀ ਉਮਰ ਪੈਦਲ ਹਜ ਜੁੰਦੇ ਸਨ ਬੜਾ ਮੁਸ਼ਕਿਲ ਹਜ ਜੁੰਦੇ ਸਨ ਕਿੰਦੇ ਮੇਰੇ ਕੋਲ ਕੁਛ ਅਸ਼ਰਫੀਆਂ ਸਨ ਜਦੀ ਤਾਦਾਦ ਦਸੀ ਉਹਨੇ ਕਿਹਾ ਮੈਂ ਆਪਣੇ ਹਮਸਾਇਨ ਨੂੰ ਇਮਾਨਤਨ ਦੇ ਗਿਆ ਮੈਂ ਕਿਹਾ ਕਿ ਇਹ ਤੂੰ ਕੋਲ ਰੱਖੀ ਤੇ 2 ਸਾਲ ਬਾਅਦ ਜਦ ਮੈਂ ਵਾਪਸ ਆ ਗਿਆ ਹਸ਼ਤੋਂ ਤੂੰ ਮੇਰੀ ਚੀਜ਼ ਮੈਨੂੰ ਇਮਾਨਤ ਵਾਪਸ ਕਰ ਦਿੱਤੀ ਨਹੀਂ ਤੇ ਇਹਨੂੰ ਅੱਲਾ ਦੇ ਰਸਤੇ ਦੇ ਵਿੱਚ ਕੋਈ ਖੂ ਖਦਵਾ ਦੇ ਕੋਈ ਕੰਮ ਕਰ ਦੇਈ 인سان انسان ਨੂੰ ਫਾਇਦਾ ਪਹੁੰਚੇ ਕਹਿੰਦਾ ਹੁਣ ਮੈਂ ਖੈਰ ਨਾਲ ਵਾਪਸ ਆਇਆ ਤੇ ਮੈਂ ਆਪਣੇ ਦੋਸਤ ਨੂੰ ਕਈ ਵਾਰੀ ਪੁੱਛਿਆ ਕਿ ਭਾਈ ਮੇਰੀ ਮੇਰੀ ਇਮਾਨਤ ਤੈਨੂੰ ਵਾਪਸ ਕਰ ਦੇ ਉਹ ਦੇਨ ਤੋਂ ਇਨਕਾਰੀ ਮਹਾਰਾਜ ਨੇ ਕਿ اچھا ਤੇਰੇ ਕੋਲ ਕੋਈ ਰਸੀਦ ਕੋਈ ਪੱਤਰ ਕੋਈ ਗਵਾਹ ਉਹ ਕਹਿੰਦਾ ਨਹੀਂ ਮਹਾਰਾਜ ਮੇਰੇ ਕੋਲ ਕੋਈ ਰਸੀਦ ਕੋਈ ਪੱਤਰ ਕੋਈ ਗਵਾਹ ਨਹੀਂ ਮਹਾਰਾਜ ਸੁਚੀ ਪੈ ਗਏ ਇਹ ਤਾਂ ਹਲਕੀ ਕੱਢੀ ਹੈ ਮਹਾਰਾਜ ਸੋਝ ਸੋਝ ਕੇ ਕਹਿੰਦੇ ਅੱਛਾ ਇਹ ਦੱਸੋ ਕਿ ਤੁਹਾਡੀ ਦੁਕਾਨ ਕਿੱਥੇ ਸੀ ਹੂੰ ਉਹਨੇ ਕਿਹਾ ਜੀ ਬਿਲਕੁਲ ਮੇਨ ਤੇ ਕਸ਼ਮੀਰੀ ਬਾਜ਼ਾਰ ਦੇ ਵਿੱਚ ਤੇ ਕਹਿੰਦਾ ਉਹਦੀ ਦੁਕਾਨ ਕਹਿੰਦਾ ਉਹਦੀ ਦੁਕਾਨ ਵਿੱਚ ਦੁਕਾਨ ਦੇ ਨਾਲ ਕਹਿੰਦਾ ਅੱਛਾ ਪੁੱਤਰ ਤੂੰ ਜਾ ਆਪਣੀ ਦੁਕਾਨ ਤੇ ਤੇ ਮੈਂ ਆਵਾਂਗਾ ਤੇ ਮੈਂ ਆਵਾਂਗਾ ਤਾਂ ਤੂੰ ਦੁਕਾਨ ਤੋਂ ਬਾਹਰ ਨਿਕਲ ਕੇ ਮੈਨੂੰ ਸਲਾਮ ਕਰੀ ਖੈਰ ਮਹਾਰਾਜ ਅਰਜੀਤ ਸਿੰਘ ਆਪਣੇ ਹਾਥੀ ਤੇ ਬੰਦੇ ਨੇ सवार नाल लेंद ने तो कश्मीरी बाजार टुर पेंदे किले तो निकलते हैं तो जो ही कश्मीरी बाज़ार लंघते हैं ए इंतजार ए मुसलमान बड़ई जरा बड़ई का काम करते हैं उन्हें वेखिया महाराज आ रहे थे एकदम महाराज दो हाथ चुक के महाराज को सलाम करता है कि महाराज वो ओ, ओ, ओ ਮਰਜੀ ਕੀ ਹਾਲ ਹੈ ਤੁਹਾਡਾ ਹਾਥੀ ਰੁਕਵਾਂਦਾ ਹੈ ਹਾਥੀ ਨੂੰ ਸੇੜੀ ਲੋਂਦਾ ਹੈ ਫਟਾਫਟ ਥਲੇ ਉਤਰਦਾ ਹੈ ਉਹਨੂੰ ਗੱਲੇ ਮਿਲਦਾ ਹੈ ਮਹਾਰਾਜ ਇੱਕਦਮ ਗੱਲੇ ਮਿਲਦੇ ਨੇ ਕਹਿੰਦਾ ਯਾਰ ਮੈਂ ਤੋ ਕਿੱਥੇ ਸਾਂ 2 ਸਾਲ ਤੋ ਨਜ਼ਰ ਕਿਉਂ ਨਹੀਂ ਆਇਆ ਉਹ ਕਿ ਮਹਾਰਾਜ ਮੈਂ ਹਜਤੇ ਗਿਆ ਸਾਂ ਅੱਛਾ ਸਾਡੇ ਸਾਡੇ ਨੂੰ ਮਾਥਾ ਟੇਕਿਆ ਉਹਨੇ ਕਿ ਜੀ ਬਿਲਕੁਲ ਟੇਕਿਆ ਮਹਾਰਾਜ ਜਿਸ ਤਰ੍ਹਾਂ ਤੁਹਾਡਾ ਹੁਕਮ ਸੀ ਤੁਹਾਡੇ ਲੋ ਵੀ ਦੁਆ ਕੀਤੀ ਤੁਹਾਡੇ ਆਸੇ ਬੜੀ ਦੁਆਵਾ ਕੀਤੀ ਹੈ ਯਾਰ ਤੈਨੂੰ ਕੋਈ ਕੰਮ ਹੋਵੇ ਤੇ ਤੂੰ ਮੇਰੇ ਕੋਲ ਆ ਜਾ ਹੂੰ ਤੇ ਉਹ ਜਿਹੜਾ ਸੀ ਜਿਨੇ ਇਹਦੀਆਂ ਅਸ਼ਰਫੀਆਂ ਚੋਰੀਆਂ ਕੀਤੀਆਂ ਸਨ ਇਹ ਵਾਪਸ ਤੇ ਇਹੀ ਕਰਦਾ ਉਹ ਨੂੰ ਇੰਨੀ ਦਹਿਸ਼ਤ ਹੋਈ ਉਹਨੇ ਫਟਾਫਟ ਉਹਨੂੰ ਬੁਲਾਇਆ ਮੈਨੂੰ ਮਾਫ ਕਰ ਦੇ ਤੂੰ ਤੇ ਮਹਾਰਾਜਾ ਦਾ ਪਰਸਨਲ ਜਨਰਲ ਹੈ ਤੇ ਅਸ਼ਰਫੀਆਂ ਨੂੰ ਮਿਲ ਗਈਆਂ ਹਜ਼ਾਰਾਂ ਅਖੋਜੀਆਂ ਖੂਬਸੂਰਤ ਸਟੋਰੀਜ਼ ਨੇ ਜਿਹੜੇ ਮਹਾਰਾਜਾ ਦੇ ਨਾਲ ਮੁਸਲਕ ਇੱਕ ਨਹੀਂ ਹਜ਼ਾਰਾਂ ਸਟੋਰੀਜ਼ ਨੇ ਇੱਕ ਔਰਤ ਸੀ ਉਹ ਗਰੀਬ ਉਸਔਰਤ ਦਾ ਇਕਲੌਤਾ ਪੁੱਤਰ ਸੀ ਕਿਸੇ ਜੰਗ ਚ ਗਿਆ ਤੇ ਮਾਰਾ ਗਿਆ ਉਹ ਔਰਤ ਦਾ ਕੋਈ ਪਰਸਾਨੇ ਹਾਲ ਨਹੀਂ ਸੀ ਉਹਨੂੰ ਬੜਾ ਗੁੱਸਾ ਸੀ ਮਹਾਰਾਜ ਤੇ ਕਹਿੰਦੇ ਮੇਰਾ ਪੁੱਤਰ ਸ਼ਹੀਦ ਹੋਇਆ ਤੇ ਮਹਾਰਾਜ ਨੇ ਮੇਰਾ ਪੁੱਛਿਆ ਹੀ ਨਹੀਂ ਹੂੰ ਕਹਿੰਦੀ ਐਤ ਕੀ ਲੰਗੇਗਾ ਤੇ ਵੈਨੂੰ ਵੇਖ ਲਾਂਗੀ ਤੇ ਇੱਕ ਦਿਨ ਕੀ ਹੋਇਆ ਕਿ ਉਹ ਖਾਣਾ ਪਕਾ ਰਹੀ ਸੀ ਤੇ ਤੁਹਾਨੂੰ ਪਤਾ ਪੁਰਾਣੇ ਛੋਟੇ ਛੋਟੇ ਅੰਦਰੂਨ ਸ਼ਹਿਰੀ ਚ ਕਰ ਹੁੰਦੇ ਨੇ ਕਰਦੇ ਬਾਹਰ ਹੀ ਰੋਟੀ ਪਕਾ ਰਹੀ ਸੀ ਆਪਣੀ ਹਾਂਡੀ ਚਾੜੀ ਸੀ ਉਹਨੇ ਉਹ ਤਾਂਬੇ ਦੀ ਹਾਂਡੀ ਸੀ ਉਹਦੀ ਤੇ ਵੇਖਿਆ ਮਹਾਰਾਜਾ ਰਜੀਤ ਸਿੰਘ ਆਇਆ ਉਹਨੇ ਹਾਂਡੀ ਦੇ ਨਾਲ ਹੀ ਮਹਾਰਾਜਾ ਨੂੰ ਗੁੱਸੇ ਛਾਂਡੀ ਮਾਰੀ ਅੱਛਾ ਤੇ ਮਹਾਰਾਜਾ ਨੂੰ ਹਾਂਡੀ ਲੱਗੀ ਮਹਾਰਾਜਾ ਦੇ ਕੱਪੜੇ ਵੀ ਖਰਾਬ ਹੋਏ ਹਾਂਡੀ ਥੱਲੇ ਡਿੱਗੀ ਹਰ ਕਾਰਿਆਂ ਨੇ ਮਹਾਰਾਜਾ ਦੀ ਸਿਪਾਈਆਂ ਨੇ ਮਹਾਰਾਜਾ ਦੇ ਗਾੜ੍ਹ ਨੂੰ ਸੌਰਤੋਂ ਫੜ ਲਿਆ ਫਕੀਰ ਸਾਹਿਬ ਵੀ ਨਾਲ ਸੰ ਫਕੀਰ سید ਅਜ਼ੀਜ਼ਉਦਦਿਨ ਸਾਹਿਬ उन्होंने छड़ चाड़ छड़ा कराया फकीर साहब उस औरत गए उन्होंने कहा कि क्यों है बदतमीजी की महाराज ने तो उन्हें क्या कि देख मेरा जवान पुत्र मरिया महाराज ने मेरू मुड़ के नहीं देखा उन्होंने कहा तू चुप कर जा मुँह तो एक लफ्ज़ ना करी बोली वो औरत बेचारी माई डर गई फकीर साहब गए महाराज को ਇਹ ਕੌਣ ਸੀ ਪਾਗਲ ਔਰਤ ਜਿਨੇ ਮੇਰੇ ਤੇ ਹਾਂਡੀ ਛੁੱਟੀ ਹੂੰ ਉਹ ਫਕੀਰ ਸਾਹਿਬ ਨੇ ਕਿਹਾ ਵਿਜ਼डम ਦੇਖੋ ਫਕੀਰ ਸਾਹਿਬ ਨੇ ਕਿਹਾ ਕਿ ਇਹ ਪਾਗਲ ਔਰਤ ਐ ਸਮਝਦੀ ਹੈ ਕਿ ਮਹਾਰਾਜ ਨੂੰ ਜੋਸ਼ਾ ਛੂ ਲੈਂਦੀ ਹੈ ਉਹ ਸੋਨੇ ਦੀ ਬਣ ਜਾਂਦੀ ਹੈ ਹੂੰ ਉਹਦੀ ਬੜੀ ਖਾਇ ਸੀ ਕਿ ਮਹਾਰਾਜ ਨੂੰ ਮੇਰੀ ਹਾਂਡੀ ਲੱਗ ਜਾਏ ਤੇ ਮੇਰੀ ਹਾਂਡੀ ਸੋਨੇ ਪੈ ਜਾਵੇ ਤੇ ਮੈਂ ਮੇਰੀ ਬਾਕੀ ਜ਼ਿੰਦਗੀ ਸਫਲ ਗੁਜ਼ਰੇ ਜਿਸ ਲਈ ਉਹਨਾਂ ਨੇ ਮਹਾਰਾਜ ਦੀ ਗੱਲ ਸੁਣੀ ਤੇ ਮਹਾਰਾਜ ਮੁਸਕਰਾਇਆ ਮਹਾਰਾਜ ਨੇ ਕਿ ਇਹਨੂੰ سونے ਦੇ ਸਿੱਕੇ ਨਾ ਪਰਦੇ ਵਾਹ ਮਹਾਰਾਜ ਹਰੇ ਜੀਤ ਸਿੰਘ ਦੀਆਂ ਹਜ਼ਾਰਾਂ ਸਿਫਤਾਂ ਸਨ ਇਹ ਸਾਡੇ ਜਿਹੜੇ ਰਾਜਾ ਸੀ ਇਹਨੂੰ ਪਾਂਡੀ ਰਾਜਾ ਵੀ ਕਹਿੰਦੇ ਸੀ ਸੁਣਿਆ ਪਾਂਡੀ ਰਾਜਾ ਇੱਕ ਰਾਜਾ ਜਿਹੜਾ ਪਾਂਡੀ ਹੋਵੇ ਕੈਦਾ ਹਾਲ ਸੀ ਹਾਲਾਤ ਐਸੇ ਸਨ ਕਿ ਦਾਨਿਆਂ ਦੀ ਕਮੀ ਸੀ ਤੇ ਮਹਾਰਾਜਾਂ ਨੇ ਗੱਲਾ ਮੰਡੀ ਹੀਰਾ ਸਿੰਘ ਤੋਂ ਮਾਲ ਗੋਦਾਮ ਦੇ ਦਰਵਾਜ਼ੇ ਖੁਲਵਾਤੇ ਜਿਸ ਗਰੀਬ ਨੂੰ ਜੋ ਚਾਹੀਦਾ ਲੱਲੇ ਬੜੀ ਖਲਕਤ ਇਕੱਠੀ ਹੋ ਗਈ ਤੇ ਸ਼ਾਮ ਨੂੰ ਮਹਾਰਾਜ ਨੇ ਮਾਲ ਗੋਦਾਮਾ ਦੀ ਸਰਵੇਖਣ ਨਾਸਤੇ ਗਏ ਕਿੰਨਾ ਮਾਲ ਹੈ ਕਿੰਨਾ ਚਲਾ ਗਿਆ कोई भुखा तो नहीं रह गया किसी के घर दाने थे? कोई महरूम तो नहीं रह गया तो जिस तो तकता की है कि एक जी औरत है बैठी है, तो महाराज पुछता है माई खैर बैठी है उन्हें कहा हाँ पुत्र खैर नाल ही बैठी हाँ कि मैं तो आई सह कोई सेर सवा सर कोई दाने मिल जाते मेरा मेरे थोड़े दिन गुजारा चल जाए ਮੈਨੂੰ ਤੇ ਐਡੀ ਵੱਡੀ ਬੋਰੀ ਦੇ ਦਿੱਤੀ ਏ ਦਾਨੀਆਂ ਦੀ ਤੇ ਮੈਂ ਤੇ ਚੱਕੀ ਨਹੀਂ ਸਕਦੀ ਕਿੰਦਾ ਮਾਈ ਕਿੱਥੇ ਰਹਿਣੀ ਹੈ ਮਾਈ ਨੇ ਦੱਸ ਮੈਂ ਫਲਾਣੇ ਮਲੇਚ ਰਹਿਣੀ ਹੈ ਮਹਾਰਾਜ ਜੀ ਕੋ ਫਿਕਰ ਨਾ ਕਰ ਮਹਾਰਾਜ ਨੇ ਉਹ ਬੋਰੀ ਚੁੱਕੀ ਆਪਣੇ ਮੋਢੇ ਤੇ ਰੱਖੀ ਕਿ ਤੇ ਚੱਲ ਮਾਈ ਮੈਂ ਤੇਰੇ ਘਰ ਛੱਡਦਾ ਉਸ ਮਾਈ ਨੂੰ ਨਹੀਂ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਇੰਨੀਆਂ ਸਿਫਤਾਂ ਨੇ ਮਹਾਰਾਜ ਦੀਆਂ ਇੰਨੀਆਂ ਕਹਾਣੀਆਂ ਨੇ महाराज के इनने किस्से ने महाराज के ने जिन्ना चीजा तो असि इंस्पिरेशन हासिल कर सकते हैं ही सच अ सेकुलर पर्सनैलिटी कि हिंदू सिख हिंदू मुसलमान क्या जहाँ पर कयाम अमन की बात थी तो सिख भी इसकी तलवार के धारे से ना बच सके हुँ. इसमें कोई शक नहीं यदि कोई शक नहीं है कि महाराजा रजीत सिंह की तेग आजमायी कयाम अमन का नवीद लाई जहाँ जहाँ इसने अपनी फतवाहत की है वहाँ पे अमन कायम हो गया जो जो इलाका महाराज ने जीता उस वहाँ पे वहाँ पे जहाँ जहाँ पे फतः नसीब हुई वहाँ वहाँ पे इंसानों ने सुख का सांस लिया ज़ालिम हुकमरान से अपनी जान छुड़ाई महाराजा रजीत सिंह की ਹਜ਼ਾਰੋਂ ਦਾਸਤਾਨੇ ਤੋਂ ਰਣਾ ਸਾਹਿਬ ਬਾਪ ਪਤਾਈਏ ਆਪ ਕਿਆ ਸੁਣਨਾ ਚਾਹਤੇ ਉਹ ਜਿਹੜੀ ਗੱਲ ਸੀ ਫਕੀਰ ਅਜ਼ੀਜ਼ੁੱਦੀਨ ਆਬ ਬੜੇ ਇਬਾਦਤ ਗੁਜ਼ਾਰ ਨੇਕ ਇੱਕ ਸ਼ਖਸੀਅਤ ਸਨ ਉਹ ਜਿਹੜਾ ਦਰਬਾਰ ਦੇ ਵਿੱਚ ਥੋੜਾ ਰਕਸ ਹੋਇਆ ਤੇ ਉਹ ਮਦੂ ਕੀਤਾ ਗਿਆ ਉਹ ਕੀ ਸਟੋਰੀ ਹੈ ਤੁਹਾਨੂੰ ਮੈਂ ਕੰਪਸੇਪਲ ਤੁਹਾਨੂੰ ਜਰਾ ਕਲੀਅਰ ਕਰ ਦਿਆਂ महाराजा रजी सिंह ਨੂੰ ਤੁਸੀਂ ਜਿਸੇ ਲਈ ਵੀ ਦੇਖਣਾ ਹੈ ਜਾਂ ਸਮਝਣਾ ਹੈ ਤੇ ਉਸ ਦੌਰ ਵਿੱਚ ਜਾ ਕੇ ਸਮਝੋ ਹਮ ਸਮਝਾਈ ਅੱਜ ਅਸੀਂ ਬੜੀ ਆਯਾਸ਼ ਆਯਾਸ਼ੀ ਕਰ ਰਹੇ ਹਾਂ ਅਸੀਂ ਆਪਣੇ ਬੈਡਰੂਮ ਵਿੱਚ ਬੈਠ ਕੇ ਕੇਬਲ ਨੈਟਵਰਕ ਦੇਖ ਰਹੇ ਹਾਂ ਨੈਟਫਲਿਕਸ ਦੇਖ ਰਹੇ ਹਾਂ ਐਮਾਜ਼ਾਨ ਦੇਖ ਰਹੇ ਹਾਂ ਫਿਲਮਾਂ ਦੇਖ ਰਹੇ ਹਾਂ ਇਹ ਆਯਾਸ਼ੀ ਨਹੀਂ ਤੇ ਹੋਰ ਕੀ ਹੈ ਠੀਕ ਹੈ ਉਸ ਤੌਰ ਦੇ ਵਿੱਚ ਐਂਟਰਟੇਨਮੈਂਟ ਦੇ ਕੁਝ ਨੋਰਮ ਸਨ انسان ਨੇ انسان ਦੀ ਫਿਤਰਤ ਹੈ ਖੁਸ਼ ਹੋਣਾ انسان ਦੀ ਫਿਤਰਤ ਹੈ ਹੀ ਸ਼ੁੱਡ ਇੰਜੋਏ ਹਿਮਸੈਲਫ ਤੇ ਉਸ ਤੌਰ ਦੇ ਵਿੱਚ ਐਂਟਰਟੇਨਮੈਂਟ ਦੇ ਕੁਝ ਨੋਰਮ ਸਨ ਜਿਸ ਤਰ੍ਹਾਂ ਰੰਗੋ ਸਰੂਦੀ ਮਹਿਫਿਲ ਨਾਚ ਗਾਣਾ ਮਿਊਜ਼ਿਕ ਸੁਣਨਾ ਲਾਈਵ ਮਿਊਜ਼ਿਕ ਸੁਣਨਾ ਰਿਕਾਰਡਡ ਤੇ ਹੁੰਦੇ ਨਹੀਂ ਸਨ ਤੇ ਮਹਾਰਾਜਾ ਰਜੀਤ ਸਿੰਘ ਬਹੁਤ ਦਿਲ ਦਾਦਾ ਸੀ ਇਹ ਨਾ ਮਹਿਫਲਾਂ ਦਾ ਮਹਾਰਾਜਾ ਦੀ ਇੱਕ ਤਾਇਫਾਦਾਰਾਂ ਦੀ ਸਿੰਗਰਸ ਦੀ ਤੇ ਇਹ ਜਿਹੜੀ ਨਚਨ ਗਲ ਉਹਨਾਂ ਦੀ ਬੜੀ ਜ਼ਬਰਦਸਤ ਇੱਕ ਗਾਇਕ ਸੀ ਜਿਹਨਾਂ ਦਾ ਨਾਂ ਸੀ ਬਿੱਲੋ ਬਾਈ ਬਿੱਲੋ ਬੇਗਮ ਜੀ ਬਸ਼ੀਰਨ ਬਾਈ ਉਹਨਾਂ ਦਾ ਨਾਂ ਸੀ ਅੱਖਾਂ ਉਹਨਾਂ ਦੀਆਂ ਬਲੂਰੀ ਰੰਗ ਦੀਆਂ ਸਨ ਤੇ ਉਹ ਉਹਨਾਂ ਦੀ ਤੈਫਾਦਾਰਾਂ ਦੀ ਸਰਦਾਰ ਸਿੰਘ ਮਹਾਰਾਜਾ ਦੀ ਇੱਕ ਰੈਜਿਮੈਂਟ ਸੀ ਜਿਹੜੀ ਖਵਤਿਨ ਦੀ ਰੈਜਿਮੈਂਟ ਸੀ ਜਿਹਦੇ ਵਿੱਚ ਉਹ ਜਿਹੜੀ ਖਾਤੂਨ ਖਵਤਿਨ ਹੁੰਦੀਆਂ ਸਨ ਉਹਦੇ ਵਿੱਚ ਬੜਾ ਜ਼ਬਰਦਸਤ ਤਲਵਾਰ ਚਲਾਉਂਦੀਆਂ ਸਨ ਗਤਕਾ ਖੇਡਦੀਆਂ ਸਨ ਬੋਏ ਨੈਰੋ ਯਾਨੀ ਕਿ ਤੀਰ ਕਮਾਨ ਬੜਾ ਸੱਚ ਚਲਾਉਂਦੀਆਂ ਸਨ ਤੇ ਉਹ ਨਾਚ ਵੀ ਬੜਾ ਅੱਛਾ ਕਰਦੀਆਂ ਸਨ ਗਾਣਾ ਵੀ ਆਵਾਜ਼ ਵੀ ਬੜੀ ਖੂਬਸੂਰਤ ਹੁੰਦੀ ਸੀ ਤੇ ਬੜੇ ਹੈਰਾਨਕੁਨ ਕਿਸਮ ਦੇ ਉਹ ਕਰਤਵੀ ਕਰ ਦਿਆ ਸਰ ਤੇ ਉਹ ਜਿਹੜਾ ਬਿੱਲੋ ਬਾਈ ਸੀ ਉਹ ਤਾਹਫਾਦਾਰਾਂ ਦੀ ਸਰਦਾਰ ਸੀ ਤੇ ਬਿੱਲੋ ਨੂੰ حافظ ਦਾ ਕਲਾਮ ਬੜਾ ਖੂਬਸੂਰਤੀ ਨਾਲ ਗਾਣਾ ਗਾਉਂਦੀ ਸੀ